ਜੀ ਸਤਿ ਸ੍ਰੀ ਅਕਾਲ ਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਦਾਂ ਉਂਗਲ ਮਾਰ ਕੇ ਨਾਲੇ ਬੈਲ ਆਈਕਨ ਬਣਿਆ ਹੋਇਆ ਘੰਟੀ ਜਿਹੀ ਉਹਦੇ ਤੇ ਵੀ ਮਾਰ ਦਿਓ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂ ਸੋ ਕਰ ਲਓ ਸਬਸਕ੍ਰਾਈਬ खिलाफ कारवाई की जाए। उधर ही दूजे पासे जगराओ तो आप दी विधायिका सरबजीत कौर मानुके ने कहा कि इस दे विच जो भी कोई दोषी पाया जाएगा वह उसके खिलाफ सख्त कारवाई करवाएंगे। वो कह रहे कि उच्च पदरी अधिकारी कमेटी गठन करके इनकुआरी की जाएगी। सो साडी बेनती है सरकार अगे भी इतों जगराओं के एसएमओ श्री जीवन गडकरी जी की प्रमोशन होकर सिविल सर्जन बन चुके हैं। वो उन्होंने प्रभाव के हेठा कितने ना कितने इनकुआरी कोई ना कोई प्रॉब्लम आएगी। साडी सरकार अगे बेनती है भी इन्हें प्रमोशन रोकी जाए और किसी बाहरले उच्च अधिकारी तो सीएमओ तो भी उपरले अधिकारी तो यदि जांच कमेटी गठित करके इनकुआरी की जाएगी। डॉक्टर जिम्मेवार हुई ਜਿਹੜੀ ਵੀ ਇਹਨਾਂ 'ਤੇ ਬਣਦੀ ਲੀਗਲ ਕਾਰਵਾਈ ਹੋਏਗੀ ਉਹ 'ਤੇ ਮੈਂ ਕਰਵਾਉਣ ਦੀ ਪੂਰਾ ਜ਼ੋਰ ਲਗਾਵਾਂ। ਬਿਲਕੁਲ ਜੀ, ਮੇਰੀ ਨਿਗਾਹ 'ਚ ਕੇਸ ਆਇਆ ਸੀ ਕੱਲ੍ਹ, ਮੈਨੂੰ ਪਤਾ ਲੱਗਿਆ ਸੀਗਾ। ਅੱਜ ਮੈਂ ਥੋੜ੍ਹੀ ਦੇਰ ਤੱਕ ਉਹਨਾਂ ਦਾ ਜਾ ਕੇ ਪਤਾ ਵੀ ਲੈ ਕੇ ਆਉਂਗਾ। ਜੇਕਰ ਸੱਚ ਬੋਲਣਾ, ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ। ਸੱਚ ਅਤੇ ਹੱਕ ਦੀ ਆਵਾਜ਼, ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ, ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ। ਤੁਸੀਂ ਦੇਖਦੇ ਰਹੋ ਪੰਜਾਬ ਟੀਵੀ, ਸੱਚ ਅਤੇ ਹੱਕ ਦੀ ਆਵਾਜ਼।